ਅੱਜ ਭਾਰਤ ਭਰ ਦੇ ਵਿੱਚ 78ਵਾਂ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ, ਉੱਥੇ ਹੀ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੱਧੂ ਹਰ ਜਗ੍ਹਾ 'ਤੇ ਜਾ ਕੇ ਆਪਣੀ ਹਾਜ਼ਰੀ ਵੀ ਲਗਾ ਰਹੇ ਨੇ ਅਤੇ ਲੋਕਾਂ ਦੇ ਨਾਲ ਵੀ ਵਿਚਰ ਰਹੇ ਨੇ, ਗੱਲਬਾਤ ਕਰਦੇ ਆ। ਸਰ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ 78ਵੇਂ ਆਜ਼ਾਦੀ ਦਿਵਸ ਦੀ ਸਮੁੱਚੀ ਆਤਮਨਗਰ ਨਿਵਾਸੀਆਂ ਨੂੰ, ਦੇਸ਼ਵਾਸੀਆਂ ਨੂੰ, ਦੇਸ਼ਾਂ ਵਿਦੇਸ਼ਾਂ ਵਸਦੇ ਭਾਰਤੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਆਜ਼ਾਦੀ ਦੇ ਉਹਨਾਂ ਦੇ ਪਰਵਾਨਿਆਂ ਦੇ ਚਰਨਾਂ ਵਿੱਚ ਨਮਨ ਕਰਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੀ ਹੈ। ਅਤੇ ਅੱਜ ਇਹ ਸਮਾਗਮ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਨੇ ਆਪਣਾ ਖੂਨ ਪਸੀਨਾ ਡੋਲ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਉਹਨਾਂ ਨੇ ਇੱਕ ਸੁਪਨਾ ਲਿਆ ਸੀ ਵੀ ਸਾਡਾ ਪੰਜਾਬ ਰੰਗਲਾ ਪੰਜਾਬ ਬਣੂ, ਸਾਡਾ ਭਾਰਤ ਬਹੁਤ ਉੱਨਤੀ ਤਰੱਕੀ ਕਰੂ। ਉਹਦੇ ਵਿੱਚ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ। ਅੱਜ ਪੰਜਾਬ ਦੇ ਜਿੰਨੇ ਨੌਜਵਾਨ ਨੇ ਅੱਜ ਪਰਨ ਕਰਨ ਆਜ਼ਾਦੀ ਦਿਵਸ 'ਤੇ ਵੀ ਅਸੀਂ ਪੰਜਾਬ ਦੇ ਵਿੱਚ ਚਿੱਟਾ ਨਾਂ ਦੀ ਕੋਈ ਚੀਜ਼ ਨਹੀਂ ਰਹਿਣ ਦੇਣੀ, ਅਤੇ ਬਾਬਾ ਦੀਪ ਸਿੰਘ ਸਾਡੇ ਸ਼ਹੀਦ ਕਿਰਪਾ ਕਰਨ ਅਸੀਂ ਇਸ ਸੁਪਨੇ ਨੂੰ ਸਾਕਾਰ ਕਰੀਏ। ਅੱਜ ਦੇ ਇਸ ਸ਼ੁਭ ਦਿਹਾੜੇ ਦੀ ਮੈਂ ਆਪਣੇ ਵੱਲੋਂ, ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਸ਼ਹੀਦ ਭਗਤ ਸਿੰਘ ਗਰੁੱਪ ਵੱਲੋਂ ਹਰ ਸਾਲ ਉਪਰਾਲਾ ਕਰਾਇਆ ਜਾਂਦਾ, ਉਹਨਾਂ ਨੂੰ ਕਿਹਦੇ? ਸ਼ਹੀਦ ਭਗਤ ਸਿੰਘ ਜਿਹੜਾ ਗਰੁੱਪ ਹੈ ਇਹ ਮੇਰੇ ਬਹੁਤ ਹੀ ਦਿਲ ਦੇ ਕਰੀਬ ਮੇਰੇ ਦੋਸਤ ਨੇ, ਹਰ ਸਾਲ ਇਹ ਪ੍ਰੋਗਰਾਮ ਕਰਾਉਂਦੇ ਨੇ ਜਿੱਥੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅਤੇ ਧੰਨਵਾਦ ਵੀ ਕਰਦਾ ਕਿ ਸਮੇਂ ਸਮੇਂ 'ਤੇ ਅਜਿਹੇ ਪ੍ਰੋਗਰਾਮ ਕਰਕੇ ਸਾਡੇ ਜਿਹੜਾ ਅਮੀਰ ਵਿਰਸਾ, ਸਾਡੇ ਦੇਸ਼ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕਰਦੇ ਨੇ। ਅੱਜ ਟੀ ਸ਼ਰਟ ਜਿਹੜੀਆਂ ਇਹ ਪਾਉਂਦੇ ਨੇ ਭਗਤ ਸਿੰਘ ਦੀ, ਰਾਜਗੁਰੂ ਸੁਖਦੇਵ ਜੀ ਦੀ, ਇਹ ਸਮਝਦਾ ਵੀ ਇੱਕ ਬਹੁਤ ਹੀ ਵਧੀਆ ਉਪਰਾਲਾ, ਕਿਉਂਕਿ ਟੀ ਸ਼ਰਟ ਪਾਉਂਦੇ ਆ ਲੋਕ, ਸਿੰਗਰ ਦੀ ਪਾਲੀ ਉਹਦੀ ਪਾਲੀ, ਦੇਸ਼ ਭਗਤਾਂ ਦੀ ਟੀ ਸ਼ਰਟ ਪਾਉਣਾ ਲੋਕ ਨਹੀਂ ਸਮਝਦੇ, ਆਪਣੀ ਫਰਜ਼ ਨਹੀਂ ਸਮਝਦੇ। ਇਹ ਲੋਕ ਅੱਜ ਦੇ ਦਿਨ ਯਾਦ ਵੀ ਕਰਾਉਂਦੇ ਨੇ ਜਿਨ੍ਹਾਂ ਆਜ਼ਾਦੀ ਪਰਵਾਨੇ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ, ਸਾਡਾ ਫਰਜ਼ ਬਣਦਾ ਉਹਨਾਂ ਨੂੰ ਸਰਾਖਾਂ 'ਤੇ ਰੱਖੀਏ। ਅੱਜ ਬਹੁਤ ਜਗ੍ਹਾ ਸਵੇਰ ਤੋਂ ਲੈ ਕੇ ਲੱਗੇ ਹੋਏ ਹਾਂ, ਪਹਿਲਾਂ ਸਟੇਟ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਵੀ ਹਾਜ਼ਰੀ ਦੇ ਹਲਕੇ ਵੱਖ ਵੱਖ ਜਗ੍ਹਾ ਝੰਡੇ ਲਾ ਕੇ ਲੋਕਾਂ ਨੂੰ ਜਿੱਥੇ ਇਹਨਾਂ ਨਾਲ ਜੋੜ ਰਹੇ ਹਾਂ, ਦੇਸ਼ ਭਗਤਾਂ ਨਾਲ ਜੋੜ ਰਹੇ ਹਾਂ, ਉਹਨਾਂ ਦੀ ਦਿੱਤੀ ਕੁਰਬਾਨੀ ਲਈ ਅਸੀਂ ਨਮਨ ਵੀ ਕਰ ਰਹੇ ਹਾਂ। ਸੀ ਮੇਰਾ ਨਾਮ ਅਜੇ ਭਾਰਤੀ ਹੈ। ਅੱਜ 15 ਅਗਸਤ ਦੇ ਮੌਕੇ 'ਤੇ ਫੰਕਸ਼ਨ ਕਰਾਇਆ, ਕੀ ਕਿਹੜੀ ਸੰਸਥਾ? ਸ਼ਰਧਾ ਸੁਸਾਇਟੀ ਭਗਤ ਸਿੰਘ ਗਰੁੱਪ, ਨਿਕ ਨੇਮ ਭਗਤ ਸਿੰਘ ਆਰਮੀ, ਔਰ ਹਮਾਰੇ ਕੁਲਵੰਤ ਸਿੱਧੂ ਜੀ ਆਏ ਥੇ ਮੇਲੇ ਸਭ ਹਰ ਵਾਰ ਆਤੇ, ਇਸ ਵਾਰ ਵੀ ਆਏ ਥੇ। ਕਿਸ ਤਰ੍ਹਾਂ ਕਾ ਲੋਕੋ ਕਾ ਸਹਿਯੋਗ ਮਿਲਤਾ? ਸਹਿਯੋਗ ਬਹੁਤ ਅੱਛਾ ਮਿਲਤਾ, ਹਮਾਰੇ ਜੋ ਚੇਅਰਮੈਨ ਹੈ, ਪ੍ਰਧਾਨ ਸਾਹਿਬ ਹੈ, ਉਪ ਚੇਅਰਮੈਨ ਹੈ, ਔਰ ਉਪ ਚੀਫ ਹੈ, ਸਭ ਲੋਕ ਬਹੁਤ ਸਹਿਯੋਗ ਦਿੱਤੇ ਹਮਕੋ, ਜਿਤਨੇ ਹਮਾਰੇ ਕਾਰਕਰਤਾ ਨੰਬਰ ਬਹੁਤ ਜ਼ਿਆਦਾ ਸਹਿਯੋਗ ਦਿੱਤੇ, ਬੜ ਚੜ ਕੇ ਹਿੱਸਾ ਲੇਤੇ ਹਮਾਰੇ। ਕਿਤਨਾ ਮਨਾ ਰਹੇ ਹੈ ਆਪ ਗਣਤੰਤਰ? ਯੇ ਹਮਾਰਾ 7ਵਾਂ ਹੈ। ਅੱਛਾ, ਕਬ ਤੱਕ ਮਨਾਨੇ ਕਾ ਹੋਗਾ? ਯੇ ਜਬ ਤੱਕ ਹਮ ਲੋਗ ਸਲਾਮਤ ਰਹੇਂਗੇ, ਜਬ ਤੱਕ ਮਨਾਏਂਗੇ ਤਬ ਜਾਨ ਬਚੇਗੀ, ਹਮ ਮਨਾਤੇ ਰਹੇਂਗੇ। ਕਹਤੇ ਬਹੁਤ ਛੋਟੇ ਲੈਵਲ ਸੇ ਸ਼ੁਰੂ ਕੀਆ ਥਾ, ਬਹੁਤ ਸਾਰੇ ਲੋਕ ਜੁੜ ਗਏ ਹੈਂ, ਲੋਕ ਜਾਗਰੂਕ ਹੋ ਰਹੇ ਹੈਂ। ਤੋ ਬਸ ਲੋਕ ਅੰਦਰ ਇੱਛਾ ਜਗ ਰਹੀ, ਜਾਗਰੂਕ ਹੋ ਰਹੇ, ਜੁੜ ਰਹੇ, ਅੱਛੀ ਬਾਤ ਹੈ, ਬਸ ਭਾਰਤ ਮਾਤਾ ਦਾ ਆਸ਼ੀਰਵਾਦ ਹੈ। ਮੇਰਾ ਨਾਮ ਬਿਰੂ ਚੌਧਰੀ, ਮੈਂ ਸਰਦਾਰ ਸਾਡੀ ਭਗਤ ਸਿੰਘ ਦਾ ਚੇਅਰਮੈਨ, ਅਤੇ ਪਹਿਲਾਂ ਤਾਂ ਮੈਂ ਪੂਰੇ ਆਪਣੀ ਟੀਮ ਦੇ ਨਾਂ, ਸਾਡੇ ਪ੍ਰਧਾਨ ਰਾਜਕੁਮਾਰ ਜੀ ਅਤੇ ਸਾਡੇ ਚੀਫ ਅਜੇ ਭਾਰਤੀ ਜੀ ਅਤੇ ਹੋਰ ਵੀ ਟੀਮ ਮੈਂਬਰ ਜਿਹੜੇ ਭਗਤ ਸਿੰਘ ਆਰਮੀ ਦੇ ਨੇ, ਜਿਨ੍ਹਾਂ ਕਰਕੇ ਪ੍ਰੋਗਰਾਮ ਹੋ ਪਾਉਂਦਾ ਹਰ ਸਾਲ, ਜੋ ਕਿ ਯੋਗਦਾਨ ਪਾਉਂਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਖੜ੍ਹੇ ਨੇ, ਸਾਡੇ ਵੀਰ। ਅਤੇ ਜਿਵੇਂ ਤੁਹਾਨੂੰ ਪਤਾ 15 ਅਗਸਤ ਦਾ ਤਿਉਹਾਰ ਆ, ਜਗ੍ਹਾ ਜਗ੍ਹਾ ਮਨਾਈ ਨਹੀਂ ਜਾਂਦੀ,
ਵੀ ਪਹਿਲਾਂ ਹੁੰਦਾ ਸੀ ਕਿ ਸਕੂਲਾਂ 'ਚ ਵੀ ਬਣਾਉਂਦੇ ਸੀ, ਸਕੂਲਾਂ 'ਚ ਵੀ ਕਈ ਛੁੱਟੀਆਂ ਕਰ ਦਿੰਦੇ, ਛੁੱਟੀਆਂ ਹੀ ਕਰ ਦਿੰਦੇ ਹੁਣ, ਕਿਉਂਕਿ ਪਹਿਲਾਂ ਜਿਵੇਂ ਜਿੰਨੇ ਲੋਕ ਪੜ੍ਹੇ ਉਨੇ ਇਹ ਚੀਜ਼ਾਂ ਤੋਂ ਪਿੱਛੇ ਜਾ ਰਹੇ ਲੋਕ, ਕਹਿੰਦੇ ਨਾ ਕਿ ਪੜ੍ਹ ਲਿਖ ਲੋਕ ਅੱਗੇ ਵਧਣ, ਨਹੀਂ ਲੋਕ ਪਿੱਛੇ ਜਾ ਰਹੇ। ਜਿਵੇਂ ਪਹਿਲਾਂ ਸਕੂਲ 'ਚ ਲੋਕ ਹਮੇਸ਼ਾ 15 ਅਗਸਤ ਨੂੰ ਝੰਡਾ ਫਿਰਾਇਆ ਜਾਂਦਾ ਸੀ, ਹੁਣ ਉਹ ਵੀ ਬੰਦ ਹੋ ਰਿਹਾ। ਅਤੇ ਮੈਂ ਸਰਕਾਰ ਨੂੰ ਆਹੀ ਕਹੂੰਗਾ 15 ਅਗਸਤ ਨੂੰ ਛੁੱਟੀ ਜਗ੍ਹਾ ਜਵਾਕਾਂ ਨੂੰ ਸਕੂਲ ਬੁਲਾਓ, ਸਾਡੇ ਸ਼ਹੀਦਾਂ ਬਾਰੇ ਦੱਸੋ ਕਿ ਕਿਵੇਂ ਸ਼ਹੀਦ ਹੋਈ, ਕਿਵੇਂ ਕੀ ਹੋਇਆ, ਸਭ ਕੁਝ ਦੱਸੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ। ਨਹੀਂ ਪੜ੍ਹਾਉਂਦੇ, ਬਹੁਤ ਜ਼ਿਆਦਾ ਹੀ ਵੈਲਿਊ ਘੱਟ ਗਈ ਨਾ ਚਾਰੀ, ਕਿਉਂਕਿ ਲੋਕ ਫਿਲਮਾਂ ਵੱਲ ਜ਼ਿਆਦਾ ਭੱਜ ਰਹੇ ਨੇ, ਫਿਲਮਾਂ ਤੋਂ ਹੀ ਸਿੱਖ ਲੈਂਦੇ ਕਿ ਫਿਲਮਾਂ ਸਹੀ ਚੀਜ਼ ਨਹੀਂ ਦਿਖਾਉਂਦੇ, ਉਹਨਾਂ ਨੇ ਤਾਂ ਪੈਸਾ ਕਮਾਉਣਾ, ਉਹਨਾਂ ਦਾ ਜ਼ਰੀਆ ਹੀ ਪੈਸਾ ਕਮਾਉਣਾ, ਸਹੀ ਚੀਜ਼ ਨਹੀਂ ਦਿਖਾਉਂਦੇ ਉਹ। ਤੁਹਾਡੇ ਨਾਲ ਖਾਸੀਅਤ ਹੈ ਕਿ ਸਾਰਾ ਯੂਥ ਜੁੜਿਆ ਹੋਇਆ। ਹਾਂਜੀ, ਸਾਡੇ ਭਰਾਵਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਨਾਲ ਜੁੜ ਰਹੇ ਨੇ, ਕਿਉਂਕਿ ਸਾਡਾ ਬਹੁਤ ਛੋਟਾ ਪ੍ਰੋਗਰਾਮ ਸੀ, ਹੁਣ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇੰਨਾ ਵਧੀਆ ਪ੍ਰੋਗਰਾਮ ਦਾ ਤਾਂ ਲੰਗਰ, ਹੁਣ ਲੰਗਰ ਦਾ ਹੀ ਪ੍ਰਬੰਧ ਆ ਸਾਡਾ, ਕਿਉਂਕਿ 5 ਕੁਇੰਟਲ ਖੀਰ ਦਾ ਲੰਗਰ ਅਸੀਂ ਬਣਾਇਆ ਜੋ ਕਿ ਸ਼ਾਮ ਤੱਕ ਚੱਲੂਗਾ, ਅਤੇ ਅਸੀਂ ਵਰਤਾਵਾਂਗੇ ਸਾਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ। ਹਾਂਜੀ, ਅਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਕੁਲਵੰਤ ਸਿੰਘ ਸਿੱਧੂ ਜਿਹੜੇ MLA ਸਾਡੇ, ਉਹ ਹਰ ਸਾਲ ਹੀ ਆਉਂਦੇ ਵੈਸੇ, ਅਤੇ ਉਹਨਾਂ ਨਾਲ ਬਹੁਤ ਪਿਆਰ ਸਾਡਾ, ਉਹੀ ਚੰਦੇ ਦੀ ਰਸਮ ਕਰਕੇ ਗਏ ਨੇ। ਨਾਮ ਕਰਨ ਗੌਤਮ ਹੈ, ਮੈਂ ਭਗਤ ਸਿੰਘ ਆਰਮੀ ਦਾ ਸਦੱਸ ਹੂੰ। ਮੈਂ ਸਾਰੇ ਦੇਸ਼ ਵਾਸੀਓ ਕੋ ਇਹੀ ਸੰਦੇਸ਼ ਦੇਣਾ ਚਾਹਤਾ ਹੂੰ ਕਿ ਜਿਤਨੇ ਹਮਾਰੇ ਯੁਵਾ ਹੈ, ਸਾਰੇ ਲੋਕ ਹਮਾਰੀ ਟੀਮ ਕੇ ਸਾਥ ਮਿਲ ਜੁਲ ਕੇ ਰਹੇ, ਹਮਾਰੇ ਸਾਥ ਜੁੜੇ, ਜੋ ਨਸ਼ੇ ਕੇ ਜਿਤਨੇ ਵੀ ਨਸ਼ੇ ਹੈ, ਬੁਰੇ ਨਸ਼ੇ ਜਾਂ ਅੱਛੇ, ਕੋਈ ਵੀ ਨਸ਼ਾ ਨਹੀਂ, ਸਾਰਾ ਨਸ਼ਾ ਕਰਨਾ ਤਾਂ ਦੇਸ਼ ਕਾ ਕਰੇ, ਦੇਸ਼ ਕੇ ਸਾਥ ਜੁੜੇ, ਦੇਸ਼ ਕੇ ਜੋ ਜਿਸਸੇ ਹਮ ਲੋਕ ਦੇਸ਼ ਕੋ ਆਗੇ ਬੜਾ ਸਕਤੇ ਹੈ, ਤਾਂ ਕਿ ਜਿਸ ਜੈਸੇ ਹਮਾਰੀ ਗੌਰਮੈਂਟ ਹੈ, ਸਾਰੇ ਸੰਦਾ ਜੋ ਵਿਸ਼ਵ ਗੁਰੂ ਕਾ ਜੋ ਸਪਨਾ ਦੇਖਤੇ ਹੈ, ਜਬ ਹਮ ਲੋਕ ਨਸ਼ੇ ਸੇ ਦੂਰ ਜਾਏਂਗੇ, ਜਬ ਇਸਸੇ ਜੁੜੇਂਗੇ, ਜਬ ਹਮ ਇੱਕ ਵਿਸ਼ਵ ਗੁਰੂ ਕੀ ਤਰਫ ਬੜੇਂਗੇ। ਮੇਰਾ ਸਭੀ ਦੇਸ਼ ਵਾਸੀਓ ਸੇ ਯਹੀ ਸੰਦੇਸ਼ ਹੈ, 15 ਅਗਸਤ ਹੈ ਜੋ ਕਿ ਹਮਾਰੇ ਦੇਸ਼ ਕਾ ਸਭਸੇ ਬੜਾ ਪਰਵ ਹੈ, ਇਸਕੋ ਸਾਰੇ ਧਰਮ ਸਾਰੇ ਸਬਕੋ ਭੁੱਲ ਕੇ ਹਰ ਧਰਮ ਕੋ ਪਾਰਟੀ ਤੋਂ ਸਭ ਲੋਕ ਜੁਆਇਨ ਕਰਨਾ ਚਾਹੀਏ, ਹਰ ਤਰੀਕੇ ਸੇ ਮਨਾਉਂਦੇ, ਤਿਉਹਾਰ ਤੋਂ ਹਰ ਧਰਮ ਮੇਂ ਬਣੇ, ਕਿਸੀ ਮੇਂ ਕੋਈ ਤਿਉਹਾਰ, ਕਿਸੀ ਮੇਂ ਉਹ ਲੋਕ ਆਪਣੇ ਆਪਣੇ ਮਨਾਤੇ ਹੈ, ਹਮ ਤੋ ਉਹ ਵੀ ਮਨਾਓ, ਉਸਕੇ ਸਾਥ ਸਾਥ ਜੋ ਹਮਾਰੇ ਜੋ ਦੇਸ਼ ਕੇ ਤਿਉਹਾਰ ਹੈ, ਇਨਕੋ ਜ਼ਰੂਰ ਮਨਾਓ, ਇਸਮੇਂ ਜ਼ਰੂਰ ਸਭ ਲੋਕ ਹਿੱਸਾ ਲੋ, ਇਸ ਵਜ੍ਹਾ ਸੇ ਹਮਾਰਾ ਦੇਸ਼ ਆਗੇ ਬੜੇ, ਏਕਤਾ ਕਾ ਇੱਕ ਹਮ ਲੋਕ ਪੈਗਾਮ ਦੇ ਪੂਰੇ ਭਾਰਤ ਕੋ, ਕਿਸੀ ਸਾਥ ਹਮ ਜੈ ਹਿੰਦ ਜੈ। ਦੇਖੋ ਜੀ, ਅੱਜ 15 ਅਗਸਤ ਦਿਹਾੜਾ ਜਿਹੜਾ 78ਵਾਂ ਸੁਤੰਤਰਤਾ ਦਿਵਸ ਮਨਾ ਰਿਹਾ, ਪੂਰਾ ਦੇਸ਼ ਬੜੇ ਹਰਸ਼ੋਲਾਸ ਦੇ ਨਾਲ ਇਸ ਸੁਤੰਤਰਤਾ ਦਿਵਸ ਨੂੰ ਮਨਾ ਰਿਹਾ। ਉਸ ਤਰ੍ਹਾਂ ਹੀ ਆਪਣੀ ਸ਼ਰਧਾ ਸੁਸਾਇਟੀ ਭਗਤ ਸਿੰਘ ਗਰੁੱਪ ਜਿਹੜਾ ਹੈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਰਾਸ਼ਟਰ ਪਰਵ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦਾ ਹੈ। ਇਸ ਮੁੰਡਿਆਂ ਦਾ ਜੋਸ਼ ਦੇਖ ਕੇ ਦਿਲ 'ਚ ਇੱਕ ਅਲੱਗ ਹੀ ਉਮੰਗ ਪੈਦਾ ਹੁੰਦੀ ਹੈ, ਔਰ ਇੱਕ ਲੱਗਦਾ ਹੈ ਕਿ ਦੇਸ਼ ਇੱਕ ਸਹੀ ਡਾਇਰੈਕਸ਼ਨ 'ਚ ਜਾ ਰਿਹਾ, ਯੁਵਾ ਨਸ਼ੇ ਛੱਡ ਕੇ ਦੇਸ਼ ਲਈ ਵੀ ਕੁਝ ਕਰਨ ਦੀ ਜਜ਼ਬਾ ਰੱਖਦਾ, ਦੇਸ਼ ਲਗਾਤਾਰ ਤਰੱਕੀ ਕਰ ਰਿਹਾ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਦੇ ਹੇਠ ਦੇਸ਼ ਲਗਾਤਾਰ ਨਈਂ ਉਚਾਈਆਂ ਅਚੀਵ ਕਰ ਰਿਹਾ। ਉਮੀਦ ਹੈ ਉਹ ਦਿਨ ਦੂਰ ਨਹੀਂ ਹੈ ਜਦੋਂ ਇੱਕ ਦੇਸ਼ ਇੱਕ ਐਸੇ ਮੁਕਾਮ 'ਤੇ ਪਹੁੰਚੇਗਾ ਜਿਸ ਨੂੰ ਸਾਰਾ ਵਰਲਡ, ਸਾਰੀ ਦੁਨੀਆ ਦੇਖੇਗੀ, ਔਰ ਵਿਸ਼ਵ ਗੁਰੂ ਦਾ ਇੱਕ ਜਿਹੜੀ ਭਾਰਤ ਕੋਲ ਇੱਕ ਉਪਾਧੀ ਸੀ ਉਹ ਦੁਬਾਰਾ ਸਾਨੂੰ ਮਿਲੇਗੀ, ਵਿਸ਼ਵ ਗੁਰੂ ਦੀ ਉਪਾਧੀ ਮਿਲੇਗੀ। ਐਸੀ ਉਮੀਦਾਂ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ, ਸਾਰੇ ਤੁਹਾਡੇ ਸਰੋਤਾਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਵਧਾਈ। ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ। ਮੈਂ ਸੰਜੀਵ ਪੁਰੀ, ਭਾਰਤੀ ਜਨਤਾ ਪਾਰਟੀ ਲੁਧਿਆਣਾ ਦਾ ਅਧਿਸ਼ਾਸੀ ਸਦੱਸਿਆ। ਮੈਂ ਸ਼ਹੀਦ ਭਗਤ ਸਿੰਘ ਆਰਮੀ ਨੂੰ ਸ਼ੁਭਕਾਮਨਾਵਾਂ ਦਿੰਦਾ ਵਾਂ 78ਵਾਂ ਸੁਤੰਤਰਤਾ ਦਿਵਸ ਮਨਾਉਣ ਲਈ। ਇੰਨੇ ਸਾਲਾਂ ਤੋਂ ਆ ਰਿਹਾ ਵਾਂ, ਇਹਨਾਂ ਨੂੰ ਦੇਖ ਕੇ ਅਸੀਂ ਪ੍ਰੇਰਿਤ ਹੁੰਦੇ ਹਾਂ। ਦੇਖੋ, ਅੱਜ ਸਵੇਰੇ ਪ੍ਰਧਾਨ ਮੰਤਰੀ ਜੀ ਨੇ ਕੀ ਕਿਹਾ ਕਿ ਜਦੋਂ ਆਜ਼ਾਦੀ ਸਾਨੂੰ ਮਿਲੀ, 40 ਕਰੋੜ ਲੋਕਾਂ ਨੇ ਆਜ਼ਾਦੀ ਦਵਾਈ, ਅੱਜ ਅਸੀਂ 140 ਕਰੋੜਾਂ 'ਤੇ ਵਿਸ਼ ਵਿੱਚ ਅਸੀਂ ਸਭ ਤੋਂ ਅੱਗੇ ਜਾ ਸਕਦੇ ਹਾਂ। ਅਤੇ ਇਹ ਸਾਰੇ ਬੱਚਿਆਂ ਨੂੰ, ਇਹ ਯੁਵਾਓ ਨੂੰ ਦੇਖ ਕੇ, ਅਜੇ ਭਾਰਤੀ ਜੀ, ਬਿਰਜੂ, ਇਹਨਾਂ ਦੀ ਟੀਮ, ਸਾਰਿਆਂ ਨੂੰ ਮੈਂ ਨਾਮ ਨਹੀਂ ਜਾਣਦਾ, ਦੇਖ ਕੇ ਅਸੀਂ ਇੰਸਪਾਇਰ ਹੁੰਦੇ ਹਾਂ ਕਿ ਸਾਨੂੰ ਭਵਿੱਖ ਸਾਡਾ ਨਿਸ਼ਚਿਤ ਦਿੱਤਾ ਕਿ ਇਹ ਸਾਨੂੰ ਅੱਗੇ ਲੈ ਕੇ ਜਾਣਗੇ। ਅਤੇ ਇੱਕ ਵਾਰੀ ਹੋਰ ਧੰਨਵਾਦ ਸ਼ਹੀਦ ਭਗਤ ਸਿੰਘ ਆਰਮੀ ਦਾ। ਜੈ ਹਿੰਦ ਸਾਰਿਆਂ ਨੂੰ ਜੀ, ਜੈ ਹਿੰਦ। ਮੇਰਾ ਨਾਮ ਬਲਵਿੰਦਰ ਹੈ ਜੀ, ਮੈਂ ਬਲੋਕ ਪ੍ਰਧਾਨ ਹਾਂ ਆਮ ਆਦਮੀ ਪਾਰਟੀ ਤੋਂ।
ਅਤੇ ਅੱਜ ਦਾ ਦਿਨ ਸਾਡੇ ਲਈ ਬੜਾ ਖਾਸ ਆ। ਅੱਜ ਜਿੱਦਾਂ ਹੁਣ ਆਪਾਂ ਦਿਨ ਤਿਉਹਾਰ ਜੋ ਵੀ ਆਪਾਂ ਕਰਦੇ ਪਏ ਹਾਂ, ਇਹ ਸਾਰੇ ਸਾਡੇ ਆਜ਼ਾਦੀ ਘੁਲਾਟਿਆਂ ਦਾ ਯੋਗਦਾਨ ਆ। ਜਿੰਨੇ ਸਾਨੂੰ ਰਾਈਟਸ ਨੇ ਹਰ ਇੱਕ ਚੀਜ਼ ਸਾਡੇ B.R. ਅੰਬੇਦਕਰ ਜੀ, ਸਾਡੀ ਮਤਲਬ ਸੰਵਿਧਾਨਿਕ ਜਿੰਨੇ ਸਾਡੇ ਸ਼ਹੀਦ ਨੇ, ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ। ਉਹਨਾਂ ਦੀਆਂ ਕੁਰਬਾਨੀਆਂ ਹਮੇਸ਼ਾ ਸਾਡੇ ਦਿਲ 'ਚ ਰਹਿਣੀਆਂ ਚਾਹੀਦੀਆਂ। ਇੱਕ ਆਜ਼ਾਦੀ ਦਾ ਸਾਹ ਵੀ ਲੈਂਦੇ ਹਾਂ ਤਾਂ ਸਾਡੀ ਉਹਨਾਂ ਦੀ ਦੇਣ ਨਾਲ, ਨਹੀਂ ਤਾਂ ਸਾਨੂੰ ਗੁਲਾਮੀ 'ਚ ਸੀਗਾ, ਸਾਨੂੰ ਰਾਈਟ ਨਹੀਂ ਸੀ। ਕਿਉਂਕਿ ਹੁਣ ਆਪਾਂ ਪ੍ਰੋਬਲਮ ਇਹ ਹੋ ਗਈ ਕਿ ਅਸੀਂ ਆਪਣਾ ਇਤਿਹਾਸ ਭੁੱਲ ਗਏ ਜੀ ਪੜ੍ਹਨਾ। ਉਹ ਇਤਿਹਾਸ ਤੋਂ ਪਤਾ ਲੱਗਦਾ ਕਿ ਸਾਡੇ ਨਾਲ ਕਿੱਦਾਂ ਅੱਤਿਆਚਾਰ ਹੁੰਦਾ ਸੀ, ਅੰਗਰੇਜ਼ ਸਾਡੇ ਨਾਲ ਕਿੱਦਾਂ ਕਰਦੇ ਹੁੰਦੇ ਸੀ, ਟ੍ਰੇਨਾਂ 'ਚ ਬੈਠਣ ਦੀ ਸਹੂਲਤ ਨਹੀਂ ਸੀ, ਇੰਡੀਅਨ ਆਰ ਨੋਟ ਅਲਾਊਡਡ, ਮਤਲਬ ਬਹੁਤ ਹੁੰਦਾ ਸੀ। ਉਹ ਪਾਰਸ਼ੈਲਟੀਆਂ ਲਈ ਸਾਡੇ ਲੜੇ ਨੇ ਸੂਰਮੇ, ਅਤੇ ਉਹੀ ਗੱਲ ਮੈਨੂੰ ਯਾਦ ਆਉਂਦੀ ਆ। ਭਗਤ ਸਿੰਘ ਜਦੋਂ ਫਾਂਸੀ ਸੀ ਨਾ, ਉਹਦੀ ਆਖਰੀ ਕਿਤਾਬ ਲੈ ਲੈਂਦੀ ਪੜ੍ਹਦਾ ਪਿਆ ਸੀ, ਉਹ ਮੋੜ ਕੇ ਚਲੇ ਗਿਆ ਸੀ। ਹੁਣ ਮੈਂ ਤਾਂ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਲੋਕ ਉਹ ਤੋਂ ਅੱਗੇ ਵਧਣ ਅਤੇ ਇਸ ਯੋਗਦਾਨ ਦੇਣ ਦੇਸ਼ ਦੀ ਆਜ਼ਾਦੀ ਲਈ। ਹੁਣ ਸਾਡਾ ਕੀ ਯੋਗਦਾਨ ਆ ਕਿ ਜਿੱਥੇ ਕੋਈ ਅੱਤਿਆਚਾਰ ਹੁੰਦਾ, ਕਿਸੇ ਨਾਲ ਧੱਕਾਸ਼ਾਹੀ ਹੁੰਦੀ ਆ, ਕਿਤੇ ਵੀ ਹੁੰਦਾ, ਸਾਨੂੰ ਉੱਥੇ ਉਹਦੇ ਨਾਲ ਜ਼ਰੂਰ ਖੜਨਾ ਚਾਹੀਦਾ। ਨਸ਼ੇ ਦੀਆਂ ਕ੍ਰਿਤੀਆਂ, ਕਿਸੇ ਵੀ ਤਰ੍ਹਾਂ ਦੇ ਸਮਾਜਿਕ ਵਿਰੋਧੀ ਗਤੀਵਿਧੀਆਂ ਹੋ ਰਹੀਆਂ, ਆਪਾਂ ਉਹਨਾਂ ਦੇ ਖਿਲਾਫ਼ ਚੱਲੀਏ। ਹੁਣ ਸਾਡੀ ਇਹ ਆਜ਼ਾਦੀ ਦਾ ਰੋਲ ਹੈ ਸਰ। ਅੱਛਾ, ਲੱਗਦਾ ਨਹੀਂ ਕਿ ਵੀ ਸ਼ਹੀਦਾਂ ਨੂੰ ਲੋਕ ਹੁੰਦੇ ਜਾਂਦੇ ਨੇ, ਵੀ ਕਿਵੇਂ ਦਾ ਉਪਰਾਲਾ ਕਰਨਾ ਚਾਹੀਦਾ ਵੀ ਉਹਨਾਂ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਦੱਸਣ ਵਾਸਤੇ? ਹਾਂਜੀ, ਦੇਖੋ ਸ਼ਹੀਦਾਂ ਨੂੰ, ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਆ, ਭੁੱਲਦੇ ਜਾਂਦੇ ਆ। ਬੇਸਿਕਲੀ ਨਾ, ਹੁਣ ਸਕੂਲ ਦੀ ਜਿਹੜਾ ਕਰੀਕੁਲਮ ਆ ਉਹਦੇ ਵਿੱਚ ਬੇਸਿਕਲੀ ਪੜ੍ਹਾਉਣਾ ਚਾਹੀਦਾ। ਹੁਣ ਸਾਡੇ ਹਜੇ ਤੱਕ ਆਪਾਂ ਦੇਖੋ ਮੁਗਲਾਂ ਦੇ ਹਜੇ ਤਾਂ ਪੜ੍ਹਦੇ ਤਾਂ ਆ ਰਹੇ ਹਾਂ, ਘੱਟੋ ਘੱਟ ਸਾਨੂੰ ਸਾਡੀ ਆਪਣੀ ਹਿਸਟਰੀ ਦੱਸਣੀ ਚਾਹੀਦੀ ਆ, ਪੰਜਾਬ ਦੀ ਹਿਸਟਰੀ ਦੱਸਣੀ ਚਾਹੀਦੀ ਆ। ਹਿੰਦੁਸਤਾਨ ਦੀ ਐਡੀ ਮਤਲਬ ਪਵਿੱਤਰ ਆ, ਇੰਨੇ ਆਪਣੇ ਹੋਏ ਨੇ, ਉਹਨਾਂ ਸਾਰਿਆਂ ਦੀ ਹਿਸਟਰੀ ਦੱਸਣੀ ਚਾਹੀਦੀ ਆ। ਬੱਚਿਆਂ ਤੋਂ ਜਦੋਂ ਬੇਸ ਸ਼ੁਰੂ ਹੋਊਗਾ, ਅੱਗੇ ਅੱਗੇ ਜਨਰੇਸ਼ਨ ਚੇਂਜ ਹੋ ਜੂਗੀ ਜੀ, ਸਾਰੇ ਆਪਣੇ ਸ਼ਹੀਦਾਂ ਦਾ ਪੂਰਾ ਵਧੀਆ ਰੱਖਣਗੇ। ਮੈਂ ਅਨੀਸ਼ ਖਾਨ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਲੁਧਿਆਣਾ ਅਰਬਨ ਤੋਂ। ਮੈਂ ਸਿਰਫ ਸਾਰਿਆਂ ਨੂੰ, ਪੂਰੇ ਦੇਸ਼ ਵਾਸੀਆਂ ਨੂੰ, ਸਮਸਤ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੇਰੇ ਭਰਾ ਇਹ ਜੋ ਸ਼ਹੀਦ ਭਗਤ ਸਿੰਘ ਕਲੱਬ ਹੈ, ਇਹਨਾਂ ਦੀ ਬਹੁਤ ਮਿਹਨਤ ਹੈ, ਇਹ ਹਰ ਸਾਲ ਕਰਾਉਂਦੇ ਨੇ, ਇਹ 7ਵਾਂ ਹੈਗਾ ਇਹਨਾਂ ਦਾ ਇਹ। ਅਤੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਤਾਂ ਬਹੁਤ ਹੀ ਘੱਟ ਉਹਦੇ ਤੋਂ ਸ਼ੁਰੂ ਕੀਤਾ ਸੀ, ਵੀ ਇੰਨਾ ਨਹੀਂ ਸੋਚਦੇ ਸੀ ਵੀ ਇੰਨਾ ਵੱਢ ਕੇ ਅਸੀਂ ਚੜ੍ਹ ਕੇ ਕਰਾਂਗੇ। ਪਰ ਜਦੋਂ ਇਹਨਾਂ ਦੀ ਹਿੰਮਤ ਦੇਖੀ, ਬਹੁਤ ਹੀ ਅੱਛੇ ਕੰਮ ਕਰ ਰਹੇ ਨੇ ਇਹ, ਮਿਲ ਕੇ ਸੁਸਾਇਟੀ ਇਹਨਾਂ ਦੀ ਬਹੁਤ ਵਧੀਆ ਇਹ ਰਨ ਕਰ ਰਹੇ ਨੇ, ਇਹਦੇ ਨਾਲ ਇੱਕ ਸੰਦੇਸ਼ ਹੋਰ ਜਾਂਦਾ ਹੈ ਕਿ ਜਿਹੜੇ ਯੁਵਾ ਨੇ ਉਹ ਯੁਵਾ ਨਸ਼ਿਆਂ ਤੋਂ ਦੂਰ ਰਹਿਣ। ਠੀਕ ਹੈ, ਦੇਖੋ ਟੀ ਸ਼ਰਟਾਂ ਪਾ ਕੇ ਖੜ੍ਹੇ ਨੇ ਸਾਰੇ ਜਣੇ, ਇਹ ਕਿਉਂ ਖੜ੍ਹੇ ਨੇ ਵੀ ਇਹ ਦੱਸਣਾ ਚਾਹ ਰਹੇ, ਜਿਹੜੇ ਸਾਡੇ ਯੁਵਾ ਸੀਗੇ ਜਿਨ੍ਹਾਂ ਨੇ ਦੇਸ਼ ਦੇ ਸ਼ਹੀਦੇ ਦੇ ਵਿੱਚ ਆਪਣਾ ਯੋਗਦਾਨ ਪਾਇਆ, ਜਾਨਾਂ ਦਿੱਤੀਆਂ, ਸ਼ਹੀਦ ਹੋਏ ਨੇ, ਉਹ ਉਹਨਾਂ ਨੂੰ ਆਪਾਂ ਮਾਣ ਰੱਖਦੇ ਹੋਏ, ਉਹਨਾਂ ਨੂੰ ਅੱਗੇ ਰੱਖਦੇ ਹੋਏ, ਮੁੱਖ ਰੱਖਦੇ ਹੋਏ, ਨਸ਼ਿਆਂ ਤੋਂ ਦੂਰ ਰਹੀਏ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਯੁਵਾ ਵੱਧ ਚੜ੍ਹ ਕੇ ਹਿੱਸਾ ਲੈਣ, ਇਹੀ ਮੇਰੀ ਖੁਆਇਸ਼ ਹੈ। ਮੈਂ ਗੁਰੂਪ੍ਰਸਾਦ, ਸਮਣ ਗੁਰੂਪ੍ਰਸਾਦ, ਅਤੇ SBI ਤੋਂ ਰਿਟਾਇਰ ਹਾਂ ਅਤੇ ਸਮਣ ਸੰਘ ਦੇ ਵਿੱਚ ਕੰਮ ਕਰਦਾ। ਅਤੇ ਮੈਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦਾ ਦਿਨ ਜਿਹੜਾ ਆਜ਼ਾਦੀ ਦਾ, ਇਸ ਦੀ ਵਧਾਈਆਂ ਦਿੰਦਾ। ਅਤੇ ਇੱਕ ਬਾਬਾ ਸਾਹਿਬ ਦੀ ਕੋਟੇਸ਼ਨ ਨੂੰ ਦੁਹਰਾਉਣਾ ਚਾਹੁੰਦਾ। ਬਾਬਾ ਸਾਹਿਬ ਨੇ ਕਿਹਾ ਸੀ, ਸੁਤੰਤਰਤਾ ਜਿਹੜੀ ਹੈ, ਆਜ਼ਾਦੀ ਹੈ, ਉਹ ਕਿਸ ਕੰਮ ਦੀ, ਜੇਕਰ ਅਸੀਂ ਅੱਜ ਵੀ ਅਛੂਤ ਅਤੇ ਅਛੂਤ ਬਣੇ ਰਹੇ। ਅਤੇ ਅੱਜ ਹਾਲਾਤ ਹੋਰ ਬਦਲ ਗਏ ਨੇ ਅਤੇ ਸਾਨੂੰ ਆਪਣੇ ਬਾਰੇ ਜਾਣਨਾ ਚਾਹੀਦਾ, ਸਮਝਣਾ ਚਾਹੀਦਾ। ਅਤੇ ਮੇਰਾ ਕਹਿਣਾ ਹੈ ਕਿ ਮਤਲਬ ਸਾਡੇ ਲੋਕ, ਸਾਡਾ ਸਮਾਜ, ਚਾਹੇ ਜਿਹੜਾ ਦੇਣ ਵਾਲਾ ਹੈ, ਜਿਹਦੇ ਕੋਲ ਇਹ ਮਤਲਬ ਇੱਕ ਤਰ੍ਹਾਂ ਦਾ ਤਰੀਕਾ ਹੈ ਕਿ ਉਹ ਕਹਿ ਸਕਦਾ ਕਿ ਤੁਸੀਂ ਸਾਡੇ ਨਾਲ ਹੈ, ਇਕੱਠੇ ਹਾਂ, ਅਤੇ ਉਹ
ਜਾਂ ਤਾਂ ਉਹ ਦੇ ਦੇਣ, ਨਹੀਂ ਤਾਂ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਚੀਜ਼ਾਂ ਲੈਣੀ ਪੈਣੀ ਹੈ। ਸਾਨੂੰ ਇਤਿਹਾਸ ਜਾਣਨ ਜ਼ਰੂਰਤ ਹੈ। ਅੱਜ ਤੱਕ ਜਿਹੜਾ ਕੁਛ ਪੜ੍ਹ ਰਹੇ ਹਾਂ ਉਹਦੇ ਜ਼ਿਆਦਾਤਰ ਜਿਹੜਾ ਨਾ ਇਤਿਹਾਸ ਸਹੀ ਨਹੀਂ ਸਾਨੂੰ ਦੱਸਿਆ ਗਿਆ, ਠੀਕ ਨਹੀਂ ਦੱਸਿਆ ਗਿਆ। ਅਤੇ ਪੂਰੇ ਸਮਾਜ ਨੂੰ ਜਿਹੜਾ ਖਾਸ ਕਰ ਗਰੀਬ ਤਬਕਾ ਹੈ, SC ST OBC ਹੈ, ਉਹਦੇ ਲਈ ਮੇਰਾ ਇੱਕੋ ਸੰਦੇਸ਼ ਹੈ ਕਿ ਉਹ ਇਤਿਹਾਸ ਨੂੰ ਸਹੀ ਢੰਗ ਨਾਲ ਜਾਣਨ, ਜਾਣ ਕੇ ਉਹਦੇ ਉੱਪਰ ਕੰਮ ਕਰਨ, ਫਿਰ ਇਹ ਆਜ਼ਾਦੀ ਸਾਡੇ ਲਈ ਠੀਕ ਹੈ। ਬਹੁਤ ਵਧੀਆ ਆਜ਼ਾਦ ਹੋਣਾ ਤਾਂ ਅੱਛੀ ਗੱਲ ਹੈ, ਲੇਕਿਨ ਅਸੀਂ ਹਜੇ ਵੀ ਬਹੁਤ ਸਾਰਾ ਐਸਾ ਸਮਾਜ ਹੈ ਜਿਹੜਾ ਆਜ਼ਾਦ ਨਹੀਂ ਹੈ, ਨਾ ਆਰਥਿਕ ਪੱਖੋਂ ਹੈ, ਨਾ ਸਮਾਜਿਕ ਪੱਖੋਂ ਹੈ, ਨਾ ਧਾਰਮਿਕ ਪੱਖੋਂ ਹੈ। ਧਰਮ ਮੰਨਣ ਦੀ ਆਜ਼ਾਦੀ ਨਹੀਂ, ਜਦਕਿ ਸਾਡਾ ਸੰਵਿਧਾਨ ਇਹ ਕਹਿੰਦਾ ਕਿ ਧਰਮ ਦੀ ਆਜ਼ਾਦੀ ਤੁਹਾਡੀ, ਨਿਆਂ ਦੀ ਆਜ਼ਾਦੀ ਨਹੀਂ ਹੈ, ਗਰੀਬ ਆਦਮੀ ਨੂੰ ਨਿਆਂ ਨਹੀਂ ਮਿਲਦਾ। ਆਜ਼ਾਦੀ ਤਾਂ ਹੀ ਉਹਨੂੰ ਪ੍ਰੋਪਰ ਮੰਨਿਆ ਜਾਏਗਾ ਕਿ ਉਹ ਆਜ਼ਾਦੀ ਹਰ ਤਰ੍ਹਾਂ ਦੀ ਹੋਣੀ ਚਾਹੀਦੀ, ਸਾਰੀ ਬਰਾਬਰਤਾ ਹੋਣੀ ਚਾਹੀਦੀ, ਸਮਾਨਤਾ ਹੋਣੀ ਚਾਹੀਦੀ, ਧਰਮ ਨਿਰਪੇਖ ਹੋਣਾ ਚਾਹੀਦਾ, ਜਿੱਦਾਂ ਕਿ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ। ਅਤੇ ਮੇਰਾ ਇਹ ਸਾਰੇ ਸਾਥੀਆਂ ਨੂੰ ਬੇਨਤੀ ਹੈ, ਸਾਡੇ ਸਮਾਜ ਨੂੰ ਪਰਟੀਕੁਲਰਲੀ ਬੇਨਤੀ ਹੈ ਕਿ ਉਹ ਇਕੱਠੇ ਹੋ ਕੇ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕਰੀਏ, ਇਤਿਹਾਸ ਪੜ੍ਹੀਏ। ਬਾਬਾ ਸਾਹਿਬ ਕਿਹਾ ਕਰਦੇ ਸੀ ਕਿ ਜਿਹੜਾ ਸਮਾਜ ਆਪਣਾ ਇਤਿਹਾਸ ਨਹੀਂ ਜਾਣਦਾ ਤਾਂ ਅੱਗੇ ਇਤਿਹਾਸ ਬਣਾ ਨਹੀਂ ਸਕਦਾ। ਅਤੇ ਉਹ ਇਤਿਹਾਸ ਜੇ ਬਣਾਉਣਾ, ਕੁਛ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਇਤਿਹਾਸ ਨੂੰ ਜਾਣੇ ਅਤੇ ਉਸਦੇ ਉੱਪਰ ਕੰਮ ਕਰੇ। ਜੈ ਭੀਮ, ਜੈ ਭਾਰਤ।